ਲੁਧਿਆਣਾ ਦੇ ਗਊਸ਼ਾਲਾ ਚੌਕ ਮਾਧੋਪੁਰੀ ਵਿਖੇ ਲੁਧਿਆਣਾ ਯੂਥ ਫੈਡਰੇਸ਼ਨ ਅਤੇ ਨਿਊ ਯੰਗ 5-star ਕਲੱਬ ਰਜਿਸਟਰਡ ਵੱਲੋਂ 17ਵਾਂ ਬਲੱਡ ਡੋਨੇਸ਼ਨ ਕੈਂਪ 17 ਅਪ੍ਰੈਲ ਨੂੰ ਲਗਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਮੈਂਬਰਾਂ ਵੱਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਬੌਬੀ ਜੈਨ, ਰਾਜੂ ਵੋਰਾ ਅਤੇ ਦੀਪਕ ਬਜਾਜ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸਾਰੇ ਜਿਹੜੇ NGO ਦੇ 75 ਦੇ ਉਹ ਬੋਲ ਭਾਈ ਨੇ ਦੱਸਿਆ ਕਿ ਹਰ ਵਾਰੀ ਸਾਡੀ ਇਹ ਸੇਵਾ ਲਾਉਂਦੇ ਨੇ ਤੇ ਇਹਨਾਂ ਦਾ ਜੋ ਇੰਨਾ ਵੱਡੇ ਇਸ ਦੌਰਾਨ ਸੰਸਥਾ ਦੇ ਪ੍ਰਧਾਨ ਬੌਬੀ ਜੈਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਹਜ਼ਾਰਾਂ ਦੇ ਕਰੀਬ ਲੋਕਾਂ ਵੱਲੋਂ ਹਿੱਸਾ ਲਿਆ ਜਾਵੇਗਾ। 17 ਅਪ੍ਰੈਲ 2019 ਭਗਵਾਨ ਮਹਾਵੀਰ ਜਯੰਤੀ, ਜੈਨ ਧਰਮ ਕਾ ਸਭਸੇ ਬੜਾ ਤਿਉਹਾਰ, ਜਿਸ ਕੇ ਉੱਪਰ ਇੱਕ ਵਿਸ਼ਾਲ ਰਕਤਦਾਨ ਕੈਂਪ ਮਹਾਕੁੰਭ ਕੇ ਰੂਪ ਮੇਂ ਸੁੰਦਰ ਨਗਰ ਕਿੰਗ ਪੈਲਸ ਮੇਂ ਲਗਾਉਣੇ ਜਾ ਰਹੇ ਹੈ। ਥੈਲੀਸੀਮੀਆ ਪੀੜਿਤ ਬੱਚੋਂ ਕੇ ਲੀਏ, ਥੈਲੀਸੀਮੀਆ ਇੱਕ ਵੋ ਬਿਮਾਰੀ ਹੈ ਜਿਸ ਮੇਂ ਹਰ 15 ਦਿਨ ਬਾਅਦ ਬੱਚੇ ਕਾ ਰਕਤ ਚੇਂਜ ਹੋਤਾ ਹੈ। ਮੈਂ ਪੂਰੇ ਲੁਧਿਆਣਾ ਨਿਵਾਸੀਓਂ ਨੇ ਹੀ ਪੰਜਾਬ ਨਿਵਾਸੀਓਂ ਸੇ ਬੇਨਤੀ ਕਰਨਾ ਚਾਹਤਾ ਹੂੰ ਕਿ 17 ਅਪ੍ਰੈਲ ਕੋ ਕਿੰਗ ਪੈਲਸ ਮੇਂ ਸੁਬਹ 9 ਵਜੇ ਸੇ ਲੇਕਰ ਸ਼ਾਮ 5 ਵਜੇ ਤੱਕ ਰਕਤਦਾਨ ਕਰੇਂ, ਔਰ ਕੋਈ ਵੀ ਬੱਚਾ ਬਗੈਰ ਰਕਤ ਕੇ ਨਾ ਆਪਣੀ ਜ਼ਿੰਦਗੀ ਖਤਮ ਕਰ ਸਕੇ, ਕਿਉਂਕਿ ਅਗਰ ਹਮਾਰੇ ਦੀਵੇ ਖੂਨ ਸੇ ਕਿਸੀ ਕੀ ਜਾਨ ਬਚ ਸਕਤੀ ਹੈ ਤੋ ਹਮੇ ਰਕਤਦਾਨ ਅਵਸ਼ਯ ਕਰਨਾ ਚਾਹੀਏ। ਜੈ ਮਾਤਾ ਦੀ। ਸੋ ਆਪਣੇ ਮੈਂਬਰਾਂ ਨੇ ਅੱਜ ਉਹਨਾਂ ਨੂੰ ਪ੍ਰਣ ਦਿੱਤਾ ਕਿ ਅਸੀਂ ਉੱਥੇ ਆ ਕੇ ਵੱਧ ਤੋਂ ਵੱਧ ਅਸੀਂ ਰਕਤਦਾਨ ਕਰਾਂਗੇ, ਕਿਉਂਕਿ ਇੱਕ ਖੂਨਦਾਨ ਇੱਕ ਮਹਾਂਦਾਨ ਮੰਨਿਆ ਜਾਂਦਾ ਹੈ ਕਿ ਸਾਡੇ ਖੂਨ ਦੇਣ ਦਾ ਨਾ ਕਿਸੇ ਨਾਲ ਕਿਸੇ ਦੀ ਜਾਨ ਬਚਦੀ ਹੈ ਅਤੇ ਅਸੀਂ ਆਪਣੇ ਆਪ ਨੂੰ ਬਹੁਤ ਹੀ ਭਾਗਾ ਭਰਿਆ ਸਮਝਾਂਗੇ ਅਤੇ ਮੈਂ ਆਪਣੇ ਫੈਡਰੇਸ਼ਨ ਵੱਲੋਂ ਅੱਜ ਇਹਨਾਂ ਦੀ ਸੰਸਥਾ ਨੂੰ ਅੱਜ ਅਸੀਂ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਵੱਧ ਤੋਂ ਵੱਧ ਉੱਥੇ ਪੂਰੀ ਟੀਮ ਲੈ ਕੇ ਉੱਥੇ ਆਵਾਂਗੇ ਅਤੇ ਵੱਧ ਤੋਂ ਵੱਧ ਅਸੀਂ ਆਪਣੇ ਮੈਂਬਰਾਂ ਦਾ ਇੱਥੇ ਖੂਨਦਾਨ ਅਸੀਂ ਉੱਥੇ ਕਰਾਂਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।